ਦੇਖੋ ਆ ਚੱਲਦਾ ਰਿਹਾ ਦੌਰ ਇੱਕ ਤਸ਼ੱਦਦ ਦਾ ਜਿਹੜਾ ਦੌਰ ਹੈ ਨਾ ਆਪਾਂ ਅਰਦਾਸ ਵਿੱਚ ਜੁੜਦੇ ਹਾਂ ਅਰਦਾਸ ਦੇ ਵਿੱਚ ਜਦੋਂ ਆਪਾਂ ਸ਼ਹੀਦ ਸਿੰਘਾਂ ਦਾ ਨਾਮ ਲੈਂਦੇ ਹਾਂ ਫਿਰ ਆਉਂਦਾ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਜਿਨ੍ਹਾਂ ਨੇ ਖੋਪੜੀਆਂ ਲਹਾਈਆਂ ਜਿਹੜੇ ਚਰਖੜੀਆਂ ਕੱਟੜੇ ਆਪਾਂ ਨਾਮ ਲੈਂਦੇ ਹਾਂ ਇਹ ਮੁਗਲ ਹਕੂਮਤ ਦੇ ਸਮੇਂ ਅੰਦਰ ਜਿਹੜੀਆਂ ਸਜ਼ਾਵਾਂ ਲਈਆਂ ਸਾਨੂੰ ਚਰਖੜੀਆਂ ਤੇ ਚਾੜਿਆ ਗਿਆ ਸਾਡੇ ਬੰਦ ਬੰਦ ਕੱਟੇ ਗਏ ਸਾਡੀਆਂ ਖੋਪੜੀਆਂ ਲਾਹੀਆਂ ਗਈਆਂ ਆ ਕੱਟਿਓ ਜਿਉਂ ਜਿਉਂ ਸਮਾਂ ਅੱਗੇ ਵੱਧਦਾ ਗਿਆ ਤੇ ਤਿਉਂ ਤਿਉਂ ਤੇ ਸ਼ਿੱਦਤ ਦਾ ਘਨੌਣਾ ਰੂਪ ਹੋਰ ਅੱਗੇ ਆਉਂਦਾ ਗਿਆ ਆ ਜਿਹੜਾ ਹਿੰਦੂ ਸਾਮਰਾਜ ਦੇ ਅੰਦਰ ਜ਼ੁਲਮ ਤਸ਼ੱਦਦ ਆ ਰਿਹਾ ਇਹਦੀ ਮਿਸਾਲ ਨਹੀਂ ਮਿਲਦੀ ਜਿਹੜੀ ਮੈਂ ਹੋਰ ਕਵਿਤਾ ਬੋਲਣੀ ਹੈ ਕੋਈ ਮਿਸਾਲ ਨਹੀਂ ਮਿਲਦੀ ਮੇਰੀਆਂ ਭੈਣਾਂ ਭੈਣਾਂ ਮਤਾਵਾਂ ਬੈਠੀਆਂ ਨੇ ਧਿਆਨ ਨਾਲ ਸੁਣਨਾ ਮੱਕੂ ਦੇ ਲਾਗੇ 7 ਕਿਲੋਮੀਟਰ ਦੂਰੀ ਤੇ ਪਿੰਡ ਆ ਕਿਲੀ ਬੋਲਦਾ ਪਿੰਡ ਕਿਲੀ ਬੋਲਦਾ ਪਿੰਡ ਸਮਾਂ ਹੁੰਦਾ ਸੀ ਆ ਸੁੰਦਰੀ ਨਾਟਕ ਬਾਰੇ ਫਿਲਮ ਬਾਰੇ ਤੁਸੀਂ ਸੁਣਿਆ ਜੇ ਪਰਿਵਾਰ ਦੇ ਵਿੱਚੋਂ ਕੋਈ ਉਦੋਂ ਸਿੰਘ ਸਾਜਣ ਦਾ ਸੀ ਉਹ ਉਸ ਸਿੰਘ ਸਜਣ ਦੇ ਮਗਰ ਤਾਂ ਮੁਗਲ ਹਕੂਮਤ ਦੇ ਸਿਪਾਹੀ ਪੈ ਜਾਂਦੇ ਸਨ ਪਰ ਉਹਦੇ ਪਰਿਵਾਰ ਨੂੰ ਬਹੁਤਾ ਤੰਗ ਨਹੀਂ ਸੀ ਤੰਗ ਪਰ ਸਮਾਂ ਆਇਆ ਜੇ ਉਸੇ ਨੇ ਆਪਣੀ ਕੌਮ ਦੇ ਹੱਕਾਂ ਵਾਸਤੇ ਹਥਿਆਰ ਚੁੱਕੇ ਤੇ ਬਾਅਦ ਦੇ ਵਿੱਚ ਉਹਦੇ ਪਰਿਵਾਰ ਦੇ ਮੈਂਬਰ ਨੂੰ ਜਿਹੜਾ ਅੰਨਾ ਤਸ਼ੱਦਦ ਨੂੰ ਸਹਿਣਾ ਪਿਆ ਉਹਦੀ ਹੋਰ ਵੀ ਮਿਸਾਲ ਹੁਣ ਮੇਰੇ ਸਾਹਮਣੇ ਜੀ ਉਸ ਕਿਲੀ ਬੋਦਲਾ ਪਿੰਡ ਦੇ ਵਿੱਚ ਉਹਦੇ ਪਿੰਡ ਦੇ ਲਾਗੇ ਸੂਦਾ ਪਿੰਡ ਦਾ ਇੱਕ ਨੌਜਵਾਨ ਸੀ ਯੋਧਾ ਜਸਵਿੰਦਰ ਸਿੰਘ ਨਿੱਕੂ ਉਹਦਾ ਨਾਮ ਸੀ ਉਹ ਪ੍ਰਸ਼ਾਦਾ ਛਕਦਾ ਸੀ ਹੁਣ ਜੇ ਪ੍ਰਸ਼ਾਦਾ ਛਕਾ ਦਿੱਤਾ ਇਹ ਕਿੰਨਾ ਕੁ ਵੱਡਾ ਗੁਨਾਹ ਹੈ ਜਦੋਂ ਪ੍ਰਸ਼ਾਦਾ ਛਕਦਾ ਸੀ ਤੇ ਕਿਲੀ ਬੋਦਲਾ ਪਿੰਡ ਦੇ ਬਾਹਰ ਬਾਹਰ ਸਰਦਾਰ ਮਲੂਕ ਸਿੰਘ ਉਹਦੇ ਦੋ ਸਪੁੱਤਰ ਇੱਕ ਅਜੀਤ ਸਿੰਘ ਇੱਕ ਦਲਵੀਰ ਸਿੰਘ ਜੋ ਅਜੀਤ ਸਿੰਘ ਦਾ ਖੇਤੀਬਾੜੀ ਇੰਸਪੈਕਟਰ ਸੀ 50 ਸਾਲ ਦੀ ਏਸੀ ਉਦੋਂ ਉਮਰ ਸੀ ਤੇ ਅਜੀਤ ਦੇ ਅਵਸਥਾ ਭਰਾ ਅਜੀਤ ਸਿੰਘ ਦਾ ਦਲਵੀਰ ਸਿੰਘ ਉਹ ਉਸ ਤੋਂ ਛੋਟਾ ਹੈ ਲਾਸੇ ਲਾਸੇ ਪਰਿਵਾਰ ਦੋਨੋਂ ਰਹਿੰਦੇ ਸਨ ਜਦੋਂ ਜਸਵਿੰਦਰ ਸਿੰਘ ਪ੍ਰਸ਼ਾਦਾ ਛਕ ਰਿਹਾ ਸੀ ਪਰ ਪਤਾ ਨਹੀਂ ਸੀ ਵੀ ਅੰਦਰ ਸਿੰਘ ਨੇ ਉਹਨਾਂ ਨੇ ਕੁੰਡਾ ਖੜਕਾ ਦਿੱਤਾ ਉਹਨਾਂ ਨੇ ਬਰਸ਼ ਖੋਲ ਦਿੱਤਾ ਉੱਥੇ ਦੋ ਜਣੇ ਪੀਸ ਦੇ ਮਾਰੇ ਗਏ ਇੰਸਪੈਕਟਰ ਪ੍ਰਕਾਸ਼ ਸਿੰਘ ਅਤੇ ਜਰਨੈਲ ਸਿੰਘ ਤੇ ਕਿਉਂ ਭਾਵੇਂ ਜਸਵਿੰਦਰ ਸਿੰਘ ਤਾਂ ਘਰੋਂ ਬਾਹਰ ਨਿਕਲ ਗਿਆ ਹੋਰ ਪੀਸ ਸੀ ਉਹਨੇ ਪੀਸ ਦਾ ਆਪਣੇ ਵੱਲ ਧਿਆਨ ਖਿੱਚਿਆ ਵੀ ਇਸ ਵਿਦੋਸ਼ੇ ਪਰਿਵਾਰ ਤੇ ਕਿਤੇ ਕਹਿਰ ਨਾ ਟੁੱਟ ਪਵੇ ਪਰ ਅੱਗੇ ਜਾ ਕੇ ਉਹ ਜੋਧਾ ਵੀ ਸ਼ਹੀਦ ਤਾਂ ਹੋ ਗਿਆ ਫਿਰ DSP ਜੀਰਾ ਦੇਵਰਾਜ ਸ਼ਰਮ ਸਿੰਘ ਤੀਸ਼ ਕੌਸ਼ਲ SSP ਫਿਰੋਜ਼ਪੁਰ ਜਿਹੜਾ ਉਹਨਾਂ ਨੇ ਫਿਰ ਨਾ ਤੇ ਸ਼ਬਦ ਦਾ ਰੰਗ ਵਿਖਾਇਆ ਉਹਦੀ ਮਿਸਾਲ ਨਹੀਂ ਮਿਲਦੀ ਉਸ ਘਰੇ ਆ ਗਏ ਅਜੀਤ ਸਿੰਘ ਦੇ ਘਰੇ ਪਹੁੰਚ ਗਏ ਨੇ ਜਦੋਂ ਅਜੀਤ ਸਿੰਘ ਦੇ ਘਰੇ ਪਹੁੰਚੇ ਉਸ ਸਮੇਂ ਜਿਹੜਾ ਇਹਨਾਂ ਦਾ ਬਾਪ ਸੀ ਮਲੂਕ ਸਿੰਘ ਉਹ ਦਲਵੀਰ ਸਿੰਘ ਦੀ ਲੜਕੀ ਆਪਣੀ ਪੋਤੀ ਜਸਵੀਰ ਕੌਰ ਦੇ ਨਾਲ ਨਾਨਕ ਸਰ ਜਿਹੜਾ ਹਰੀਕੇ ਪੱਤਣ ਦੇ ਕੋਲ ਬਣੇ ਹੋਏ ਨੇ ਉੱਥੇ ਗਿਆ ਹੋਇਆ ਸੀ ਤੇ ਦਲਵੀਰ ਸਿੰਘ ਵੀ ਬਾਹਰ ਗਿਆ ਹੋਇਆ ਸੀ ਉੱਧਰ ਅਜੀਤ ਸਿੰਘ ਉਸ ਦੀ ਘਰਵਾਲੀ ਲਖਵਿੰਦਰ ਕੌਰ 39 ਸਾਲ ਉਮਰ ਤੇ ਉਹਨਾਂ ਦੀ ਇੱਕ ਨੂੰਹ ਸੀ ਮਨਜੀਤ ਕੌਰ 26 ਸਾਲ ਤੇ ਉਹਨੇ 2 ਬੱਚੇ ਇੱਕ ਲੜਕੀ 3.5 ਸਾਲ ਦੀ ਰਵਿੰਦਰ ਕੌਰ ਇੱਕ ਰਜਿੰਦਰ ਪਾਲ ਸਿੰਘ ਉਹਦਾ ਬੇਟਾ ਉਹਦੀ ਉਮਰ ਸੀ 1.5 ਸਾਲ ਤੇ ਸਪੁੱਤਰ ਉਹਨਾਂ ਦਾ ਵੀ ਘਰੇ ਨਹੀਂ ਸੀ ਉੱਧਰ ਦਲਵੀਰ ਸਿੰਘ ਦੇ ਪਰਿਵਾਰ ਦੇ ਵਿੱਚੋਂ ਇੱਕ ਉਸ ਦੀ ਘਰਵਾਲੀ ਬੀਬੀ ਲਖਵਿੰਦਰ ਕੌਰ ਉਹਦੀ ਉਮਰ 40 ਸਾਲ ਉਹਦੇ 2 ਸਪੁੱਤਰ ਸੁਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਇੱਕ ਦੀ ਉਮਰ ਸੀ 21 ਸਾਲ ਤੇ ਦੂਜੇ ਦੀ ਉਮਰ ਸੀ 15 ਸਾਲ ਜਦੋਂ ਘੇਰਾ ਪਿਆ ਨਾ ਬਸ ਆ ਹੁਣ ਤੱਕਿਓ ਜੇ ਸਭ ਤੋਂ ਪਹਿਲਾਂ ਜਿਹੜੀ ਬਜ਼ੁਰਗ ਦਾਦੀ ਇਕਬਾਲ ਕੌਰ ਆ ਉਮਰ ਉਸ ਦੀ 90 ਸਾਲ ਹੈ ਸੰਗਤ ਜੀ 90 ਸਾਲ ਦੀ ਬਜ਼ੁਰਗ ਮਾਤਾ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਿਆਂ ਕਰ ਲਿਆ ਗਿਆ ਅੱਜ ਵੀ ਉਸ ਵਿਹੜੇ ਦੇ ਵਿੱਚ ਖੜੀ ਹੋਈ ਧਰੇਕ ਇਸ ਗੱਲ ਦੀ ਗਵਾਹੀ ਭਰਦੀ ਹੈ ਜੋ ਇੱਥੇ 15-16 ਸਾਲ ਪਹਿਲਾਂ ਜਿਹੜਾ ਤਸ਼ੱਦਦ ਹੋਇਆ ਸੀ ਲਾਹੌਰ ਸੁਣਿਓ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਵੱਡੀ ਸਜ਼ਾ ਭੁਗਤੀ ਨਾ ਸਭ ਤੋਂ ਪਹਿਲਾਂ ਵੱਡੀ ਸਜ਼ਾ ਇਹ ਮੁਗਲ ਹਕੂਮਤ ਦੇ ਵਿੱਚ ਵੀ ਭੈਣਾਂ ਦੀ ਬੇਇੱਜ਼ਤੀ ਨਹੀਂ ਉਹਨਾਂ ਨੇ ਕੀਤੀ ਪਰ ਇੱਥੇ ਪੰਜਾਬ ਦਾ ਸੱਚ
ਸੱਚਾ ਸੱਚਾ ਸੱਭਿਆਚਾਰ ਇਹ ਆ ਨੂੰ ਧੀ ਦਾ ਜੇ ਸਿਰ ਵੀ ਨੰਗਾ ਹੋਵੇ ਬਜ਼ੁਰਗਾਂ ਦੇ ਉਹ ਵੀ ਮਾੜਾ ਆਖਿਆ ਜਾਂਦਾ ਪਰ ਉਹਨਾਂ ਨੇ ਪੂਰੇ ਦੇ ਪੂਰੇ ਪਰਿਵਾਰ ਨੂੰ ਇੱਕ ਦੂਜੇ ਸਾਹਮਣੇ ਅਲਫ ਨੰਗਾ ਕਰ ਦਿੱਤਾ ਗਿਆ ਬਾਪ ਦੇ ਅੱਗੇ ਧੀ ਨੂੰ ਨੰਗਿਆ ਕਰਨਾ ਅਤੇ ਭਰਾ ਦੇ ਅੱਗੇ ਭੈਣ ਨੂੰ ਨੰਗਿਆ ਕਰਨਾ ਇਹ ਆਮ ਗੱਲਾਂ ਬਣ ਗਈਆਂ ਸੀ ਤੇ ਉਸ ਪਰਿਵਾਰ ਦੇ ਵੀ ਸਾਰੇ ਜੀਆਂ ਦੇ ਕੱਪੜੇ ਲੁਹਾ ਦਿੱਤੇ ਗਏ ਭਾਵੇਂ ਉਹ ਇੱਕ ਦੂਜੇ ਤੋਂ ਨਜ਼ਰਾਂ ਕਰਾਉਂਦੇ ਸਨ ਪਰ ਸਭ ਤੋਂ ਵੱਡੀ ਸਜ਼ਾ ਭੁਗਤ ਰਹੇ ਸਨ ਇੱਥੇ ਬਸ ਨਹੀਂ ਸੰਗ ਜੀ ਮੇਰੀਆਂ ਭੈਣਾਂ ਮਟਾਵਾਂ ਬੈਠੀਆਂ ਤੁਸੀਂ ਰਸੋਈ ਕਿਚਨ ਦੇ ਵਿੱਚ ਕੱਦੂ ਕੱਟ ਸਕਦੇ ਹੋ ਮੂਲੀਆਂ ਵਾਸਤੇ ਪਿਆਜ ਵਾਸਤੇ ਜਾਂ ਗਾਜਰਾਂ ਵਾਸਤੇ ਨਾ ਪਰ ਕਦੇ ਕਿਸੇ ਨੇ ਆਹ ਵੀ ਸੁਣਿਆ ਵੀ ਬੰਦੇ ਦਾ ਮਾਸ ਵੀ ਕੱਦੂਕਸ਼ ਕੀਤਾ ਜਾਵੇ ਕਦੇ ਸੁਣਿਆ ਤੁਸੀਂ ਇਹ ਪਰ ਆਹ ਕਿਲੀ ਫੋਗਲਾ ਪਿੰਡ ਦਾ ਉਹ ਘਰ ਇਸ ਗੱਲ ਦੀ ਗਵਾਹੀ ਭਰਦਾ ਤੇ ਕਿਚਨ ਦੇ ਵਿੱਚੋਂ ਕੱਦੂਕਸ਼ ਚੁੱਕਿਆ ਗਿਆ ਤੇ ਲਿਆ ਕੇ ਪਰਿਵਾਰ ਦੇ ਮੈਂਬਰਾਂ ਦੇ ਜੋ ਅਰਥ ਨੰਗੇ ਕੀਤੇ ਹੋਏ ਸਨ ਉਹਨਾਂ ਦੇ ਮਾਸ ਤੇ ਕੱਦੂਕਸ਼ ਫੇਰਦੇ ਬਜ਼ੁਰਗ ਮਾਤਾ ਇਕਬਾਲ ਸਿੰਘ ਕੌਰ ਦੀ ਇਕਬਾਲ ਕੌਰ ਦੇ ਬਜ਼ੁਰਗ ਮਾਤਾ ਜੀ 90 ਸਾਲ ਦੀ ਜਿਸਦੀ ਉਮਰ ਕੱਦੂਕਸ਼ ਫੇਰ ਫੇਰ ਕੇ ਉਹ ਪਰਿਵਾਰ ਦੇ ਮੈਂਬਰਾਂ ਦਾ ਮਾਸ ਲਾਉਣ ਲੱਗ ਪਈ ਫਿਰ ਡੀਜ਼ਲ ਸੀ ਘਰ ਦੇ ਵਿੱਚ ਉਹਨੂੰ ਗਰਮ ਕਰ ਲਿਆ ਗਿਆ ਤੇ ਪਿੰਡ ਦੇ ਵਿੱਚ ਲੁੱਕ ਦੇ ਡਰੰਮ ਪੈ ਸਨ ਸੜਕਾਂ ਬਣ ਗਈਆਂ ਸਨ ਲੁੱਕ ਵੀ ਲਿਆਂਦੀ ਗਈ ਤੇ ਲੁੱਕ ਵੀ ਗਰਮ ਕਰ ਲਈ ਗਈ ਕੱਦੂ